ਦਾਜਪੁਰ ਆ ਵੇਖ ਲਓ, ਮੈਂ ਜਦੋਂ ਹੀ ਮੰਮੀ ਨੂੰ ਕਹਿੰਦਾ ਵਾ ਨਾ ਵੀ ਮੈਂ ਨਾਨਕੇ ਜਾਣਾ ਵਾ, ਤੇ ਅੱਗੋਂ ਕਹਿ ਦਿੰਦੇ ਆ ਵੀ ਜਦੋਂ ਠੰਡਾ ਹੋਊਗਾ ਫਿਰ ਜਾਈ, ਹਲੇ ਗਰਮੀ ਬੜੀ ਆ। ਕੋਈ ਗੱਲ ਨਹੀਂ ਤੇ ਹੁਣ ਤੂੰ, ਤੇ ਕਿੰਨੇ ਦਿਨ ਹੋ ਗਏ ਮੀਂਹ ਪੈਣ ਡਿਆ ਵਾ, ਮੌਸਮ ਠੰਡਾ ਹੋਇਆ ਵਾ, ਤੇ ਹੁਣ ਇਹਨਾਂ ਨੂੰ ਕਹੋ ਹਾਂ ਮੈਨੂੰ 2-4 ਦਿਨ ਵਾਸਤੇ ਨਾਨਕੇ ਭੇਜ ਦੇਣ, ਨਾਲੇ ਮੈਂ ਭੈਣ ਨੂੰ ਮਿਲ ਆਊਂਗਾ। ਪੁੱਤ ਕੋਈ ਗੱਲ ਨਹੀਂ, ਚਲਿਆ ਜਾ, ਉਹ ਤੈਨੂੰ ਤਾਂ ਡੱਕਦੀ, ਗਰਮੀ ਬਹੁਤ ਪੈਣ ਡਈ ਆ। ਚਲੋ ਹੁਣ ਤੇ ਠੰਡਾ ਹੋਇਆ ਵਾ, ਹੁਣ ਤੇ ਜਾਣ ਦੇਣ, ਮੈਂ ਉਹਨੂੰ ਕਹਿੰਦੀ ਆ ਭੇਜ ਦੂਗੀ ਤੈਨੂੰ। ਤੇ ਕਹੋ ਆ ਬੈਠੇ ਕਹਿਣਾ ਪ੍ਰੀਤ ਮੁੰਡੇ ਨੂੰ ਨਾਨਕੇ ਭੇਜ ਦੇ। ਮੰਮੀ ਇਹ ਤੇ ਐਵੇਂ ਕਾਹਦਾ ਪਿਆ ਰਹਿੰਦਾ ਵਾ, ਲੈ ਵੇਖ ਲਓ ਮੈਨੂੰ ਇਹਦੇ ਜਾਣ ਵਿੱਚ ਕੀ ਰੱਖਾ। ਮੈਂ ਇਹ ਚਾਹੁੰਦੀ ਸੀ ਵੀ ਥੋੜੇ ਦਿਨ ਰੁਕ ਜਾ, ਮੈਂ ਵੀ ਨਾਲ ਜਾਊਂਗੀ, ਕੁੜੀ ਨੂੰ ਮਿਲ ਆਊਂਗੀ। ਪੁੱਤ ਗੱਲ ਤਾਂ ਤੇਰੀ ਠੀਕ ਵਾ, ਬੱਚੇ ਨੂੰ ਰੀਝ ਆ ਵੀ 2 ਦਿਨ ਨਾਨਕੇ ਰਹਿ ਕੇ ਆਵਾਂ। ਇਹਦੀ ਤਾਂ ਰੀਝ ਚੜੀ ਰਹਿੰਦੀ ਆ, ਕੰਮ ਦੀ ਰੀਝ ਨਹੀਂ ਆਉਂਦੀ ਇਹਨੂੰ, ਕੋਈ ਫਿਰਨ ਦੀ ਬੜੀ ਆਉਂਦੀ ਆ। ਚੱਲ ਪੁੱਤ ਕੋਈ ਨਹੀਂ ਭੇਜ ਦੇ, ਕੋਈ ਗੱਲ ਨਹੀਂ, ਚੱਲ ਕੋਈ ਨਹੀਂ ਪ੍ਰੀਤ ਜਾਣ ਦੇ, ਜੇ ਕਹਿਣ ਡਿਆ ਵਾ ਤੇ ਚੱਲ। ਜੇ ਮੈਂ ਕੀ ਕਹਿਣਾ ਮਾਸੀ ਜੀ, ਮੈਂ ਤਾਂ ਕਹਿਣ ਡਈ ਆ ਵੀ ਮੈਂ ਵੀ ਹੁਣ ਆਉਂਗੀ, ਮਿਲ ਕੇ ਲਾਉਂਗੀ ਕੁੜੀ ਨੂੰ। ਗੱਲ ਤੇ ਆਪਣੀ, ਜਾਣ ਤੁਸੀਂ ਦੀ ਆਪੇ ਆਪਣੀ ਗਾਲੀ ਹੈ, ਤੁਸੀਂ ਪਤਾ ਨਹੀਂ ਕਦੋਂ ਜਾਣਾ ਕਦੋਂ ਨਹੀਂ। ਲੈ ਜਾ, ਜੇ ਕਹਿਣ ਡਈ ਤੇ ਲੈ ਜਾ ਨਾਲ ਜਾ। ਤੂੰ ਪਿੱਛੋਂ ਜਾਵੀਂ ਤੇ ਇਹਨੂੰ ਜਾ ਕੇ ਉੱਥੋਂ ਲੈ ਆਵੀਂ, ਇਹਨੂੰ ਉੱਥੇ 4 ਦਿਨ ਰਹਿ ਹੁੰਦੇ। ਉਹ ਨਿਆਣਾ ਵਾ ਜਿਹੜਾ ਲੈ ਕੇ ਆਉਣਾ, ਆਪੇ ਆ ਜਾਊਗਾ ਜਾਣ ਦੇ ਨਾਲੇ। ਨਹੀਂ ਮੇਲ ਆਊਗੀ, ਮੰਮੀ ਵੀ ਜਾ ਕੇ। ਆਹੋ ਚੱਲ ਚੱਲ ਜੀ ਨਾਲ ਆਪਣੇ ਪਾਪਾ ਨੂੰ। ਕੋਈ ਨਹੀਂ ਪੁੱਛ ਲਓ, ਮੈਂ ਪਾਪਾ ਨੂੰ ਆਪੇ ਉਹਨਾਂ ਦੇ ਭੇਜ ਦੇਣਾ ਵਾ। ਦੇਖਾਂ ਗੱਲਾਂ ਵੇਖਦੀਆਂ ਹੁਣੇ, ਫਿਰ ਨੂੰ ਤੇ ਇੰਨਾ ਸ਼ੇਰ ਆ ਨਾ, ਉੱਥੋਂ ਮੁੜ ਕੇ ਆਉਂਦਾ ਨਹੀਂ ਫਿਰ ਹਫ਼ਤਾ ਹਫ਼ਤਾ। ਉਹ ਤੇ ਨਜ਼ਾਰੇ ਜੀ, ਕਦੀ ਐਨ ਚੱਲ ਜਾ, ਕਦੀ ਐਨ ਚੱਲ ਜਾ। ਨਜ਼ਾਰੇ ਵੀ ਤੇ ਨਾਲੇ ਛੋਟੀ ਨੇ ਜ਼ਿਆਦਾ ਬੰਦੀ ਆ ਦੀ, ਉਹਦੇ ਨਾਲ ਹੀ ਸੁੱਕਣਾ ਤੇ ਇੱਟ ਘਰੇ ਦਾ ਵੈਰ ਰਹਿੰਦਾ। ਇਹਦੇ ਤੇ ਇੱਕ ਦੂਜੇ ਤੇ ਆ ਕੁੱਕੜਾਂ ਨੂੰ ਲੜਦੇ ਰਹਿੰਦੇ ਆ, ਕਹਿਣ ਵੇਖਿਆ ਨਾ ਕਿੱਦਾਂ ਡੇ ਸੀ ਲੜਨ, ਬਹੁਤ ਲੜਦੇ ਆ। ਅਰੇ ਲੜਦੇ ਰਹਿੰਦੇ, ਇਹਨਾਂ ਨੂੰ ਪਤਾ ਨਹੀਂ ਕੀ ਆ, ਤੇ ਹੁਣ ਉੱਥੇ ਆਂਦਾ ਤਾਂ ਭਾਵੇਂ ਉਹਦੇ ਨਾਲ ਵੀ ਹੁਣ ਲੜ ਪਏ ਜਾ ਕੇ। ਇਹ ਭੈਣ ਬਚਪਨ ਵਾ, ਉਹ ਗੱਲ ਬਚਪਨ ਦੇ ਵਿੱਚ ਛੋਟੇ ਭੈਣ ਭਰਾ ਇਦਾਂ ਹੀ ਲੜਦੇ ਹੁੰਦੇ ਸੀ, ਹੁਣ ਤੇ ਕੁਛ ਵੀ ਨਹੀਂ, ਪਿੱਛੇ ਦੇ ਜੁੰਡਿਓ ਜੁੰਡੀ ਇਹ ਤਾਂ ਲੜਾਈ ਸੀ ਬੱਚਿਆਂ ਦੀ, ਹੁਣ ਤੇ ਝੱਟ ਖੇਡ ਜਾਂਦੀਆਂ। ਹਾਂ ਲੈ ਭੈਣ ਜੀ ਤੁਹਾਨੂੰ ਪਤਾ ਹੀ ਆ ਘਰ ਦੇ ਕੰਮ ਕਾਰ ਕਰਕੇ ਥੱਕ ਜਾਈਦਾ, ਕੜੀ ਆਖੀ ਦਾ ਲੰਮੇ ਪੈ ਲਈਏ। ਅੱਜ ਵੀ ਮੈਨੂੰ ਜ਼ਰੂਰੀ ਕੰਮ ਸੀ ਤਾਂ ਕਰਕੇ ਮੈਂ ਚਲੋ ਹੋ ਹੀ ਆਉਂਦੇ ਹਾਂ। ਸ਼ੁਕਰ ਕਰ ਜ਼ਰੂਰੀ ਕੰਮ ਸੀ ਤਾਂ ਹੀ ਆ ਗਈ ਆ, ਨਹੀਂ ਤੇ ਆਉਂਦੇ ਹੁੰਦੇ ਵੀ ਕਿ ਚਲੋ ਕੰਮ ਦੇ ਪਾਜੀ ਆ ਗਈ ਭੈਣ ਜੀ, ਆ ਤਾਂ ਗਈ ਆ ਨਾ। ਗਰਮੀ ਐਤਕੀ ਪਈ ਬੜੀ ਆ, ਪਈ ਬੜੀ ਆ, ਹੋਰ ਗਰਮੀ ਦੇ ਲੈ ਲਈ ਚਾਹ। ਮੈਂ ਤਾਂ ਭੈਣ ਜੀ ਤੁਹਾਡੇ ਵੱਲ ਆਈ ਜੀ, ਸਦਕੇ ਸਾਡੇ ਵੱਲ ਸੁੱਖ ਦਾ ਰਿਸ਼ਤਾ ਲੈਣ ਵੀ ਜੀ। ਸੁੱਖ ਦਾ ਰਿਸ਼ਤਾ? ਮੇਰਾ ਨਾ ਪਣੇਵਾ ਵਾ, 4 ਕਿੱਲੇ ਪੈੜੀ ਦੇ ਆ, ਬਾਹਰੋਂ ਆਇਆ ਵਾ ਤੇ ਉਹ ਕਹਿੰਦੇ ਸੀ ਵੀ ਵਿਆਹ ਕਰਕੇ ਹੀ ਭੇਜਣਾ ਵਾ ਤੇ ਕੁੜੀ ਕੋਈ ਲੱਭੋ, ਤੇ ਮੈਂ ਆਪਣੀ ਭੈਣ ਨੂੰ ਆਖਿਆ ਵੀ ਲੈ ਕੁੜੀ ਤਾਂ ਸਾਡੇ ਘਰ ਹੈਗੀ ਆ ਵੀ ਜੀ, ਨਾਲੇ ਜਿਹੜੀ ਵੀ ਕੁੜੀ ਉਹ ਮੁੰਡੇ ਦੇ ਘਰ ਵਿਆਹੀ ਜਾਊਗੀ ਨਾ, ਕਰਮਾਲੀ ਹੋਊਗੀ, ਮੁੰਡਾ ਗੁਰਸਿੱਖ ਵਾ, ਅੱਜ ਕੱਲ੍ਹ ਗੁਰਸਿੱਖ ਮੁੰਡੇ ਲੱਭਦੇ ਕਿੱਥੇ ਆ। ਤੇਰੀ ਗੱਲ ਤੇ ਆ ਠੀਕ, ਗੁਰਸਿੱਖ ਮੁੰਡੇ ਨਹੀਂ ਲੱਭਦੇ, ਅਸੀਂ ਤੇ ਪਰ ਸੁੱਖ ਦੇ ਵਿਆਹ ਦਾ ਕੁਛ ਸੋਚਿਆ ਹੀ ਨਹੀਂ ਵੀ ਜੀ। ਕਦੀ ਨਾ ਕਦੀ ਤੇ ਕਰਨਾ ਹੀ ਆ ਰਿਸ਼ਤਾ ਤੁਸੀਂ, ਜੇ ਆਪਣਿਆਂ ਦੇ ਵਿੱਚ ਹੋ ਜਾਵੇ ਤੇ ਇਹਨੋਂ ਵਧੀਆ ਹੋਰ ਕਿਹੜੀ ਗੱਲ ਵਾ। ਚੱਲ ਭੈਣ ਕੋਈ ਗੱਲ ਨੀ, ਸਲਾਹ ਕਰ ਲੈਨੇ ਆ, ਇਹ ਗੱਪਾਂ ਸ਼ੱਪਾਂ ਵੱਜਣ ਡਈਆਂ ਵਾ। ਪ੍ਰੀਤ ਬਹਿ ਜਾ, ਕਿੱਧਰ ਹੀ ਰਿਸ਼ਤਾ ਲੈ ਕੇ ਆਈ ਆਪਣੀ ਸੁੱਖ ਵਾਸਤੇ? ਰਿਸ਼ਤਾ ਲੈ ਕੇ ਆਈ ਆ? ਹਾਂਜੀ ਭੈਣ ਜੀ, ਸੁੱਖ ਵਾਸਤੇ ਰਿਸ਼ਤੇ ਨੂੰ ਆਈ ਇੱਧਰ। ਪਰ ਅਜੇ ਤੇ ਸੁੱਖ ਨੀ ਆਣੀ ਜੀ ਆ, ਅਸੀਂ ਤਾਂ ਕਦੇ ਸੋਚਿਆ ਹੀ ਨੀ ਆ। ਪ੍ਰੀਤ ਸੋਚਣਾ ਕੀ, ਸੋਚਣ ਨੂੰ ਤੇ ਆਉਂਦੇ ਹੁੰਦੇ ਵੀ ਚੱਲ ਹੋਰ ਹੀ ਨੀ ਕੰਮ ਮੁੱਕਦੇ, 18-19 ਸਾਲਾਂ ਦੀ ਤੇ ਹੋ ਗਈ ਆਪਣੀ ਸੁੱਖ, ਤੇ ਹੁਣ ਆਉਂਦੇ ਹੁੰਦੇ। ਪਰ ਮਾਸੀ ਜੀ
18 19 ਸਾਲ ਦਾ ਬੱਚਾ ਕੀ ਹੁੰਦਾ ਵਾ, ਰਿਸ਼ਤਿਆਂ ਦੀ ਵੀ ਤੇ ਸਮਝ ਹੋਣੀ ਚਾਹੀਦੀ ਹੈ। ਚੱਲ ਅਸੀਂ ਕਿਹੜੇ ਕਰ ਦੇਣ ਲੱਗੇ, ਉਹ ਵੀ ਅਜੇ ਰਿਸ਼ਤਾ ਹੀ ਲੈ ਕੇ ਆਈ ਆ, ਸਲਾਹ ਕਰਦੇ ਆ ਤੇ ਚੱਲ ਕੋਈ ਨਹੀਂ ਵੇਖ ਲੈਂਦੇ, ਜੇ ਚੰਗਾ ਲੱਗੂ ਤੇ ਠੀਕ ਆ, ਨਾ ਲੱਗੂ ਤੇ ਨਾ ਸਹੀ। ਕੋਈ ਨਹੀਂ, ਜਿੱਦਾਂ ਤੁਹਾਨੂੰ ਵਧੀਆ ਲੱਗੂਗਾ। ਕੋਈ ਤੇ ਸਲਾਹ ਕਰਕੇ ਦੱਸ ਦਿਓ, ਸਾਨੂੰ ਕੋਈ ਕਾਹਲੀ ਵੀ ਨਹੀਂ ਆ। ਕਿਉਂ ਭੈਣ, ਠੀਕ ਆ ਨਾ? ਠੀਕ ਆ, ਆਹੋ ਸਲਾਹ ਕਰ ਲੈਂਦੇ ਆ, ਉਹ ਤੇ ਇਦਾਂ ਹੀ ਹੁਣ ਗੱਲ ਇਦਾਂ ਹੀ ਤੁਰੇ ਤੇ ਫੇਰ ਹੀ ਗੱਲ ਚਲੋ ਅੱਗੇ ਤੁਰਦੀ ਆ। ਕੋਈ ਨਹੀਂ, ਵੇਖ ਲਓ ਮਲਾਹ ਵਿੱਚ ਚਲ ਗਈ ਬੇੜੀ ਤਾਂ ਹੀ ਪਾਰ ਲੱਗਦੀ ਆ। ਹਾਂਜੀ ਹਾਂਜੀ ਹਾਂ, ਕੋਈ ਗੱਲ ਨਹੀਂ ਪਿੰਦਰੀ, ਅਸੀਂ ਸਲਾਹ ਕਰਕੇ ਨਾ ਦੱਸ ਦਾਂਗੇ। ਕੋਈ ਨਹੀਂ, ਕੋਈ ਦੱਸ ਦਿਓ ਭੈਣ ਜੀ, ਦੱਸ ਦੇ ਮਨਜੋਤ, ਤੁਸੀਂ ਦੱਸ ਦਿਓ। ਚੰਗਾ ਭੈਣ ਜੀ, ਮੈਂ ਚੱਲਦੀ ਹਾਂ। ਚਾਹ ਤਾਂ ਨਹੀਂ ਦੀਦੀ? ਨਹੀਂ ਚਾਹ ਨਹੀਂ, ਮੈਂ ਚਾਹ ਦਵਿੰਦਰ ਵੱਲੋਂ ਹੀ ਪੀਊਂਗੀ ਜਾ ਕੇ। ਲੈ ਦਵਿੰਦਰ ਚਾਹ ਜਿਆਦੀ ਸੰਗ ਨਹੀਂ ਬਣਾਉਂਦੀ ਆ? ਨਹੀਂ, ਉਹਦੇ ਹਾਲ ਵੀ ਮੈਂ 5 ਮਿੰਟ ਬਹਿਣਾ ਵਾ, ਉਹ ਵੀ ਕਹਿੰਦੀ ਆਉਂਦੇ ਨਹੀਂ ਆਉਂਦੇ ਨਹੀਂ ਆ। ਲੈ ਲਓ ਤਾਂ ਮੈਂ ਚਾਹ ਤਾਂ ਰਹੀ। ਨਹੀਂ ਕੋਈ ਨਹੀਂ, ਚਾਹ ਉਧਰੋਂ ਮੈਂ ਪੀਊਂਗੀ। ਚਲੋ ਕੋਈ ਨਹੀਂ, ਤੂੰ ਚੰਗਾ ਭੈਣ ਜੀ, ਮੈਨੂੰ ਦੱਸ ਦਿਓ ਸਲਾਹ ਕਰਕੇ ਫਿਰ। ਹਾਂ ਚੱਲ ਕੋਈ ਨਹੀਂ, ਉੱਥੇ ਚੱਲ ਤੇ ਮੈਂ ਆਉਂਦੀ ਆ। ਠੀਕ। ਤੇਰਾ ਦਿਮਾਗ ਤਾਂ ਨਹੀਂ ਖਰਾਬ? ਕਿਉਂ ਮਾਸੀ ਜੀ, ਤੂੰ ਕਹਿਣ ਡਈ ਆ ਕੁੜੀ ਨੂੰ ਅਜੇ ਇੱਦਾਂ ਹੌਲੀ ਉਮਰਦੀ ਇੱਦਾਂ ਵਾ ਉੱਦਾਂ ਵਾ, ਤੇ 4 ਕਿੱਲੇ ਮੁੰਡੇ ਨੂੰ ਪੈਲੀ ਦੇ ਆਉਣ ਡਏ ਆ, ਤੇ ਗੁਰਸਿੱਖ ਮੁੰਡਾ ਤੇ ਬਾਹਰੋਂ ਆਇਆ ਵਾ, ਤੇ ਇੱਦਾਂ ਦੇ ਕਿਤੇ ਲੱਭਣ ਡਏ ਮੁੰਡੇ? ਗੱਲ ਤੇ ਮਾਸੀ ਜੀ ਠੀਕ ਆ, ਪਰ ਇੱਕ ਕੁੜੀ ਨੂੰ ਰਿਸ਼ਤੇ ਨਿਭਾਉਣ ਦੀ ਸਮਝ ਹੋਣੀ ਚਾਹੀਦੀ ਆ, ਨਾਲੇ ਅਸੀਂ ਤੇ ਸੁੱਖ ਦੇ ਵਿਆਹ ਬਾਰੇ ਅਜੇ ਕਦੀ ਸੋਚਿਆ ਹੀ ਨਹੀਂ ਆ। ਨਹੀਂ ਇੱਦਾਂ ਹੀ ਸੋਚੀਦਾ ਹੁੰਦਾ ਵਾ, ਸਾਲ 2 ਸਾਲ ਮੰਗ ਛੱਡਾਂਗੇ ਅਸੀਂ, ਅਸੀਂ ਕਿਹੜੇ ਵਿਆਹ ਕਰ ਦੇਣ ਲੱਗੇ? ਭੈਣ ਠੀਕ ਵਾ ਨਾ? ਚੱਲ ਬਿੰਦਪਾਲ, ਮੰਗ ਲਓ, ਮੰਗਿਆ 2 ਸਾਲ ਲੰਘ ਜਾਣੇ, ਝੱਟ ਲੰਘ ਜਾਣੇ। ਹਾਂ ਝੱਟ ਲੰਘ ਜਾਣੇ ਆ। ਹਾਂ ਅਸੀਂ ਕਿਹੜੇ ਵਿਆਹ ਕਰ ਦੇਣ ਲੱਗੇ ਉਸੇ ਵੇਲੇ? ਕੋਈ ਨਹੀਂ, ਇਹਦੇ ਪਾਪਾ ਨਾਲ ਗੱਲ ਕਰ ਲਿਓ, ਜਿੱਦਾਂ ਕਹਿਣਗੇ ਜੇ ਤੁਹਾਨੂੰ ਸਹੀ ਲੱਗਦਾ ਤੇ। ਚੱਲ ਉੱਧਰ ਹੁਣ ਪਿੰਦਰੀ ਗਈ ਆ ਤੇ ਮੈਂ ਜਾਵਾਂ। ਮੈਂ ਚਾਹ ਰੱਖੀ ਸੀ। ਨਹੀਂ ਚਾਹ ਬਾਅਦ 'ਚ ਪੀਵਾਂਗੇ, ਮੈਂ ਵੇਖੂ ਵੇਖਾਂ ਜਾ ਕੇ ਹੁਣ ਉਹਦਾ ਵੀ ਹਾਲ ਚਾਲ ਹੈ। ਚੱਲ ਤੁਸੀਂ ਬਹੋ ਫਿਰ, ਮੈਂ ਲਿਆਉਂਦੀ ਦੁੱਧ ਪਾ ਕੇ। ਚੱਲ ਕੰਮ ਤੇ ਨਿਬੜ ਗਿਆ। ਲੈ ਮੈਂ ਦਵਿੰਦਰ ਨੂੰ ਬਾਹਰ ਵਾਜਾਂ ਮਾਰਨ ਡਈ ਆ, ਤੇ ਦਵਿੰਦਰ ਆ ਏਸੀ 'ਚ ਵੜ ਕੇ ਬੈਠੀ ਆ। ਲੈ ਭੈਣੇ ਸਤਿ ਸ੍ਰੀ ਅਕਾਲ। ਉਹ ਮਾਹਾ ਹੀ ਟਾਈਮ ਲੱਗਾ ਤੇਰਾ, ਤੇਰੇ ਤੇ ਦਰਸ਼ਨ ਹੀ ਮਹਿੰਗੇ ਹੋ ਗਏ। ਨਹੀਂ ਮਹਿੰਗੇ ਕੀ ਹੋਣੇ, ਇਦਾਂ ਕੰਮਾਂ ਕਾਰਾਂ 'ਚ ਸਾਰੀ ਟਾਈਮ ਕਿੱਥੇ ਲੱਗਦਾ ਈ ਓ। ਮੈਂ ਤਾਂ ਇੱਧਰ ਸੁੱਖ ਦੇ ਰਿਸ਼ਤੇ ਨੂੰ ਆਈ ਸੀ। ਸੁੱਖ ਦੇ ਰਿਸ਼ਤੇ ਨੂੰ? ਭਣੇਵਾ ਵਾ ਮੇਰਾ ਗੁਰਸਿੱਖ ਮੁੰਡਾ, ਤੈਨੂੰ ਪਤਾ ਜ਼ਮੀਨ ਜਾਇਦਾਦ ਉਹਨਾਂ ਦੀ ਖੁੱਲੀ ਆ, ਤੇ ਉਹਨਾਂ ਨੇ ਵਿਆਹ ਕਰਕੇ ਹੀ ਘੱਲਣਾ ਸੀ, ਤੇ ਮੈਨੂੰ ਕਹਿੰਦੇ ਰਿਸ਼ਤਾ ਕਰਾ। ਮਾਲ ਤਾਂ ਨਹੀਂ ਖਰਾਬ ਹੋਇਆ? ਕਿਉਂ ਮੁੰਡੇ ਦੀ ਜ਼ਿੰਦਗੀ ਬਰਬਾਦ ਕਰਨ ਲੱਗੀ ਆ? ਜ਼ਿੰਦਗੀ ਬਰਬਾਦ? ਕਿਆ ਸੋਹਣੀ ਕੁੜੀ ਆ, ਫਿਰ ਕੀ ਹੋਇਆ? ਜਮਾਸਾ ਮਧਰੀ ਆ, ਕਿੱਡੇ ਸੋਹਣੇ ਨੈਣ ਨਕਸ ਵਾ, ਕੋਈ ਕੱਜ ਨਹੀਂ ਕੁੜੀ ਦੇ ਵਿੱਚ। ਮੈਨੂੰ ਜਿਹੜਾ ਵਧੀਆ ਲੱਗਦੀ ਆ, ਪਿਆਰੀ ਲੱਗਦੀ, ਮੈਂ ਆਪਣੇ ਭਣੇਵੇਂ ਨੂੰ ਰਿਸ਼ਤਾ ਕਰਾ ਦਿੰਦੀ, ਘਰ ਦੀ ਘਰੇ ਹੋ ਰਹਿ ਜੂਗੀ। ਚਾਲ ਚੱਲਣਾ ਦਾ ਨਹੀਂ ਨਾ ਪਤਾ ਤੈਨੂੰ? ਚਾਲ ਚੱਲਣ ਨਹੀਂ, ਨੈਣ ਨਕਸ਼ ਹੀ ਵੇਖ ਲਏ ਆ। ਤੂੰ ਕਰਤੂਤਾਂ ਨਹੀਂ ਵੇਖੀਆਂ ਇਹਨਾਂ ਦੀਆਂ, ਮਾਵਾਂ ਧੀਆਂ ਦੀਆਂ? ਕਰਤੂਤਾਂ? ਆਹੋ, ਇਹ ਪਿੱਛੇ ਜੇ ਨਿਕਲ ਨਹੀਂ ਗਈ। ਆ ਜਿਹੜਾ ਮੁੰਡਾ ਰੌਲਾ ਪਿਆ ਸੀ, ਇਹਨਾਂ ਫਾਹ ਲੈ ਕੇ ਮਰ ਗਿਆ, ਇਹਦਾ ਕਰਕੇ ਮਰਿਆ ਸੀ? ਨਹੀਂ ਇਹਦਾ ਕਰਕੇ, ਤੇ ਕੁੜੀ ਦੇ ਕਿਤੇ ਚਾਲ ਚੱਲਣ ਘੱਟ ਹੋਣਗੇ, ਦੁੱਧ ਤੇ ਬੁੱਧ ਜਾਂਦੀ ਆ, ਆ ਛਿੱਤਰ ਜਿੱਡਾ ਖੂਨ ਫੜੀ ਫਿਰਦੀ ਆ। ਨਹੀਂ ਕਿਉਂ ਆਪਣੇ ਭਣੇਵੇਂ ਦੀ ਜ਼ਿੰਦਗੀ ਬਰਬਾਦ ਕਰਨ ਲੱਗੀ ਆ? ਉਹਨੂੰ ਕਿਤੇ ਕੁੜੀਆਂ ਦਾ ਘਾਟਾ, ਨਾਲੇ ਉਹ ਸਮੱਧਰ ਆ, ਤੇ ਨਾਲੇ ਚਾਲ ਚੱਲਣ ਇੱਦਾਂ ਦੇ ਇਹਨਾਂ ਦੇ, ਤੂੰ ਤੇ ਭੈਣੇ ਮੈਂ ਜਾਣ ਕੇ ਹੀ। ਮੈਨੂੰ ਕੀ ਪਤਾ ਇਹ ਗੱਲ ਦਾ? ਉਹਨੇ ਨਾਂ ਨਹੀਂ ਲਿਆ ਉਹਨਾਂ ਨੇ ਜਦੋਂ ਤੂੰ ਗੱਲ ਕੀਤੀ ਆ। ਨਾ ਉਹਨਾਂ ਦੀ ਤੇ ਛੱਡ, ਤੇਰੀ ਸੱਸ ਉੱਥੇ ਬੈਠੀ ਆ, ਸਿਫਤਾਂ ਤੇ ਪੋਲ ਬੰਨਣ ਡਈ ਉਹਦੇ। ਨਹੀਂ ਉਹਦੀ ਤੇ ਤੂੰ ਗੱਲ ਹੀ ਛੱਡ ਦੇ, ਉਹਦੇ ਤੇ ਸਿਰ ਤੇ ਪ੍ਰੀਤ ਨੇ ਪਤਾ ਨਹੀਂ ਕੀ ਧੂੜਿਆ ਵਾ, ਉਹ ਤੇ ਉਹਨਾਂ ਤੇ ਤੁੱਲੀ ਫਿਰਦੀ ਆ, ਉਹਨੇ ਤੇ ਉਹਨਾਂ ਦੀ ਗੱਲ ਕਰਨੀ ਆ, ਉਹਨੇ ਤੇ ਪੋਚੇ ਮਾਰਨੇ ਹੀ ਆ। ਮਿੱਠਣਾ ਤੂੰ ਤੇ ਮੇਰੇ ਘਰ ਨਹੀਂ ਖੋਲਦੇ, ਨਾ ਮੈਂ ਤੇਰੇ ਘਰ ਥਾਣੀ ਲੰਘ ਕੇ ਜਾਂਦੀ, ਤੇ ਨਾ ਮੈਨੂੰ ਪਤਾ ਲੱਗਦਾ। ਨਾ ਮੇਰੀ ਸੱਸ ਨੇ ਗੱਲ ਕਰਨੀ ਸੀ, ਤੇ ਨਾ ਉਹਨਾਂ ਕਰਨੀ ਸੀ, ਨਾ ਉਹ ਸੱਸ ਨੇ। ਨਾ ਨਾ, ਉਹ ਤੇ ਚੁੱਪ ਕਰਕੇ ਲਾ ਕੇ ਬੈਠੀਆਂ, ਉਹਨਾਂ ਤੇ ਕੋਈ ਗੱਲ ਹੀ ਨਹੀਂ ਕੀਤੀ। ਉਹ ਤੇ ਫਿਰ ਪਰਦੇ ਪਾਉਣੇ ਹੀ ਆ, ਤੈਨੂੰ ਕੀ ਪਤਾ ਵਾ, ਤੇ ਹੁਣ ਚੱਲ ਕੋਈ ਨਹੀਂ।
ਚਾਹ ਵੀ ਪਿਆਲੀ ਆ ਕਿ ਸਿਰ ਖਾਣ ਡਈ ਬਿੰਦਰੀ ਤੇਰਾ? ਚਾਹ ਤੇ ਪੈਕੇ ਬਣਾਉਣ ਲੱਗਿਆ ਸੀ ਉਹ, ਮੈਂ ਆਪ ਹੀ ਆਖਿਆ ਠਹਿਰ ਕੇ ਪੀਂਦੇ ਆ ਤੇ ਮੈਂ ਫਿਰ ਬਹਿ ਗਈ, ਮੈਂ ਚੱਲ ਗੱਲਾਂ ਬਾਤਾਂ ਕਰ ਲੈਂਦੀ ਹਾਂ। ਆਹੋ ਨਹੀਂ ਚੱਲ ਚੰਗਾ ਗੱਲਾਂ ਬਾਤਾਂ ਵੀ ਕਰ। ਤੁਸੀਂ ਚੰਗੀ ਕੀਤੀ ਮੇਰੇ ਨਾਲ, ਐਡਾ ਵੱਡਾ ਮੇਰੇ ਤੋਂ ਓਹਲਾ ਰੱਖਿਆ ਨਾ, ਮੈਂ ਦਵਿੰਦਰ ਵੱਲ ਆਉਂਦੀ ਤੇ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀ ਲੱਗਣਾ। ਹੈਂ, ਅਸੀਂ ਕਿਹੜੀ ਗੱਲ ਦਾ ਕੁੜੇ ਓਹਲਾ ਰੱਖਿਆ ਤੇਰੇ ਕੋਲ? ਕਹਿੰਦੇ ਪ੍ਰੀਤ ਨਿਕਲ ਗਈ ਸੀ। ਪ੍ਰੀਤ ਨਿਕਲ ਗਈ? ਤੈਨੂੰ ਕਿਹਨੇ ਕਿਹਾ? ਇਹਨੇ। ਨਹੀਂ ਨਹੀਂ ਮੰਮੀ ਜੀ, ਮੈਂ ਆਖਿਆ ਸੀ ਬੜੇ ਚਿਰਾਂ ਦੀ ਗੱਲ ਵਾ, ਉਹ ਉਦੋਂ ਹੋਈ ਸੀ ਮਾੜੀ ਜੀ, ਮੈਂ ਨਿਕਲਦੇ ਨੁਕਲੀ ਦਾ ਨੀ ਨਾ ਲਿਆ। ਮੰਮੀ ਮੈਂ ਤੁਹਾਨੂੰ ਪਤਾ ਮੈਂ ਕਿੱਥੇ ਗੱਲ ਕਰਦੀ ਆ। ਮੈਂ ਹੁਣੇ ਤੂੰ ਮੈਨੂੰ ਕਹਿਣ ਡਈ ਸੀ ਕਿ ਪ੍ਰੀਤ ਨਿਕਲ ਗਈ, ਮੁੰਡਾ ਉਹਨਾਂ ਦਾ ਫਾਹ ਲਿਆ ਕੇ ਮਰ ਗਿਆ ਸੀ, ਕੁੜੀ ਵੀ ਗਾੜੀ ਓਦਾਂ ਦੀ ਹੋਣੀ ਆ, ਉਹਨੇ ਤੁਹਾਡਾ ਵੀ ਨੀ ਕੋਈ ਪਤਾ ਲੱਗਦਾ। ਕਿਹੜੀ ਕੁੜੀ ਕੁੜੀ ਓਦਾਂ ਦੀ ਹੋਣੀ ਆ? ਤੇ ਪ੍ਰੀਤ ਨੂੰ ਤੂੰ ਕਿੱਥੋਂ ਲਿਆਂਦਾ ਫੜ ਕੇ, ਕਿੱਥੇ ਨਿਕਲ ਗਈ ਸੀ ਉਹ? ਤੈਨੂੰ ਇਹੋ ਜਿਹੀਆਂ ਗੱਲਾਂ ਆਉਂਦੀਆਂ ਰਹਿੰਦੀਆਂ ਵਾ। ਚਾਹ ਤੇਰੇ ਕੋਲ ਘੁੱਟ ਕੁੜੀ ਨੂੰ ਪਿਆਲੀ ਨੀ ਗਈ, ਡਹਿ ਪੈਂਦੀ ਤੂੰ ਅੰਦਰ ਬਹਿ ਕੇ ਗੱਲਾਂ ਕਰਨ। ਮੈਂ ਤੈਨੂੰ ਕੀ ਦੱਸਾਂ ਇਸ ਗਾਬ ਦਾ, ਇਹਨੂੰ ਤਾਂ ਮੈਂ ਹੀ ਲਗਾਮ ਪਾ ਕੇ ਰੱਖੀ ਹੈ ਜਿੱਦਾਂ ਦੀ ਆ, ਇਹ ਹੋਰ ਕਿਸੇ ਕੋਲ ਨਹੀਂ ਕਾਬੂ ਆਉਣ ਵਾਲੀ, ਮੁੰਡੇ ਨੂੰ ਤਾਂ ਉਹ ਟਿੱਚ ਜਾਣਦੀ ਆ, ਤੇ ਇੱਧਰ ਆਪਣੇ ਆ ਨਾ, ਉਹਨਾਂ ਨਾਲ ਨਹੀਂ ਇਹਦੀ ਬਣਦੀ, ਤੇ ਵੇਖ ਲਾ ਗੱਲਾਂ ਇਹਦੀਆਂ, ਆਹ ਕੋਈ ਨਿਉਂ ਦੀਆਂ ਦੀਆਂ ਗੱਲਾਂ ਕਰਨ ਕੁੜੀ ਆਪਣੀ, ਤੇ ਵੇਖ ਲਾ ਗੱਲਾਂ ਕਿੱਦਾਂ ਦੀਆਂ ਡਈ ਕਰਨੇ। ਚੰਗਾ ਭੈਣ ਜੀ, ਮੈਂ ਫਿਰ ਚੱਲਦੀ ਹਾਂ। ਨਹੀਂ ਬਹਿ ਜਾ, ਚਾਹ ਪੀ ਕੇ ਜਾਈ। ਨਹੀਂ ਕੋਈ ਨਹੀਂ, ਫਿਰ ਕਿਤੇ ਪੀ ਲੂੰਗੀ ਮੈਂ। ਚੱਲ ਇਹੋ ਰਹਿ ਗਈਆਂ ਗੱਲਾਂ ਤੇਰੀਆਂ ਕਰਨ ਵਾਲੀਆਂ, ਤੂੰ ਕਿਉਂ ਨੀ ਬਾਜ ਆਉਂਦੀ? ਤੈਨੂੰ ਕੀ ਗੱਲ ਵਾ, ਫਿਰ ਤੂੰ ਕਹਿ ਦਿੰਦੀ ਆ ਮੰਮੀ ਮੈਨੂੰ ਝਿੜਕਦੀ ਆ। ਮੈਂ ਤਾਂ ਉਦਾਂ ਕੀਤੀ ਗੱਲ। ਮੈਂ ਕਿਹੜੀ ਉਦਾਂ ਕੀਤੀ ਤੂੰ? ਨਾ ਤੈਨੂੰ ਕੰਮ ਨਾ ਕਰ, ਕੁੜੀ ਨੂੰ ਚਾਹ ਨੀ ਪਿਆਲੀ, ਤੂੰ ਗੱਲਾਂ ਡੈ ਪੀ, ਤੂੰ ਫੁੱਟ ਫੁੱਟ ਕੇ ਕਰਨ ਦੋ ਉਹਦੇ ਨਾਲ, ਤੈਨੂੰ ਹੋਰ ਕੋਈ ਕੰਮ ਨਹੀਂ ਆ। ਨੀ ਬਲੱਸਣੀਆਂ, ਨੀ ਬਲੱਸਣੀਆਂ, ਨੀ ਸੱਤ ਘਰ ਵੀ ਡੈਣ ਸੜ ਦਿੰਦੀ, ਤੂੰ ਕਿਉਂ ਐਡਾ ਸਾਡੇ ਕੋਲ ਜਾਣ ਕਿਉਂ ਮਗਰ ਪਈ ਆ? ਤੂੰ ਸਾਰੀ ਮਾਂ ਦੀ ਕਲਫ ਕੁੜੀ ਦੇ ਸਿਰ ਚ ਸਵਾਹ ਪਾਉਣ ਡਈ ਆ, ਤੈਨੂੰ ਲੱਗਦੀ ਕਿਉਂ ਨੀ? ਤੈਨੂੰ ਤੈਨੂੰ ਨੀ ਤੈਨੂੰ ਹਾਏ ਹਾਏ, ਨੀ ਕਿਤੇ ਕਿਸਮਤ ਸਾਡੀ ਸੜ ਗਈ ਨੀ? ਕੀ ਤੂੰ ਡਈ ਫੁੱਲਣੇ ਫੁੱਲਣ ਉਹਦੇ ਨਾਲ? ਦੱਸ ਤੂੰ ਕਿੱਥੋਂ ਮੁੜ ਕੇ ਲਿਆਈ ਸੀ ਪ੍ਰੀਤ ਨੂੰ? ਹੈਂ, ਤੂੰ ਚਵਲੇ ਸੁਣਦੀ ਕਿਉਂ ਨੀ? ਤੂੰ ਕਿਤੇ ਕਿਉਂ, ਤੇਰਾ ਖਾਨਾ ਤੇਰਾ ਖਰਾਬ ਹੋ ਗਿਆ ਤੇਰਾ, ਕਿਤੇ ਹੁਣ ਲੱਗੀ ਸਾਡੀ ਕੁੜੀ ਨੂੰ ਤੂੰ ਪਤਾ ਲਾਉਣ ਤੂੰ, ਉਹਨਾਂ ਤੇ ਗਲਤੀਆਂ ਹੋ ਗਈਆਂ ਸੀ ਤੇ ਤੂੰ ਉਹਨੂੰ ਕੀ ਦੱਸਣ ਡਈ ਆ? ਫਲਾਣਾ ਮੁੰਡਾ ਮਰ ਗਿਆ, ਢੀਂਗੜਾ ਮਰ ਗਿਆ, ਕਿਹੜਾ ਮਰ ਗਿਆ ਮੁੰਡਾ? ਹੈਂ, ਤੂੰ ਕੁੜੀ ਤੈਨੂੰ ਵੀ ਰੱਬ ਨੇ ਦਿੱਤੀ ਹੁੰਦੀ ਨਾ ਕਿਤੇ, ਤੇ ਤੈਨੂੰ ਅਕਲ ਆ ਜਾਂਦੀ ਤੈਨੂੰ, ਪਰ ਤੈਨੂੰ ਅਕਲ ਨਹੀਂ ਆਉਣੀ। ਨੀ ਅਸੀਂ ਠੀਕਰੀਆਂ ਪਨ ਪਨ ਮਰ ਗਏ ਆ, ਕਿਉਂ ਸਵਾਹ ਸਾਡੇ ਸਿਰ ਚ ਪਾਉਣ ਲੱਗੀ ਆ ਤੂੰ? ਜੇ ਚੰਗਾ ਘਰ ਲੱਭਿਆ ਤੇ ਤੈਨੂੰ ਕਿ ਸਾੜਾ ਹੋ ਗਿਆ ਐਡਾ? ਮੈਂ ਕੀ ਆਖਿਆ, ਮੈਂ ਤਾਂ ਕੁਝ ਨਹੀਂ। ਅਜਾ ਤੂੰ ਹੋਰ ਕਹਿਣਾ ਵਾ, ਨੀ ਤੇਰੇ ਨਾਲ ਤੇ ਸਿਰਖ ਪਾਕ ਪਾ ਕੇ ਨਾ ਸਾਡਾ ਮੇਰਾ ਤੇ ਜੀ ਕਰਦਾ ਤੇਰੀਆਂ ਨਾ ਰਗਾ ਘੁੱਟਦਾ ਤੇਰੀਆਂ, ਕਿਤੇ ਇਹੋ ਜਿਹੀ ਦੀਆਂ ਇਹ ਬਲੱਸਣੀ ਕਿੱਥੇ ਸਾਡੇ ਕਰਮਾਂ 'ਚ ਰੱਖੀ ਸੀ ਕਿਤੇ, ਕੱਲ ਜੋਗਣ ਕਿਤੇ। ਹਾਏ ਰੱਬਾ, ਮੇਰਾ ਗਲਾ ਹੀ ਤਬਾਦਣ ਲੱਗੀ ਸੀ, ਮੇਰਾ ਤੇ ਜੀ ਕਰਦਾ ਜਿੰਨਾ ਮੈਨੂੰ ਤੰਗ ਕੀਤਾ ਕੋਈ ਚੰਗਾ ਜਿਹਾ ਘਰ ਲੱਭ ਕੇ, ਮੈਂ ਤੇਰਾ ਹੀ ਫਾਹ ਫੜ। ਸੱਚਿਆ ਪਾਤਸ਼ਾਹ ਹਰ ਇੱਕ ਧੀ ਭੈਣ ਨੂੰ ਚੰਗੀ ਮੱਤ ਬੁੱਧ ਪਾਈ, ਪ੍ਰੀਤ ਦੀ ਕੀਤੀ ਹੋਈ ਗਲਤੀ ਨੇ ਲੱਗਦਾ ਉਹਦਾ ਪਿੱਛਾ ਹੀ ਨਹੀਂ ਛੱਡਣਾ, ਅੱਜ ਉਹ ਜਿੰਨੀ ਮਰਜ਼ੀ ਚੰਗੀ ਆ ਪਰ ਕਿਤੇ ਨਾ ਕਿਤੇ ਤੀਤ ਸਾਹਮਣੇ ਆ ਹੀ ਜਾਂਦਾ ਵਾ।
ਮੇਰੀ ਗੱਲ ਸੁਣੋ, ਫਿਰ ਤੁਸੀਂ ਚੱਲ ਜਾਣਾ ਵਾ, ਮੈਂ ਤੁਹਾਡੇ ਨਾਲ ਗੱਲ ਕਰਨੀ। ਕੱਲ ਨਾ ਪਿੰਦਰੀ ਆਈ ਸੁੱਖ ਦਾ ਰਿਸ਼ਤਾ ਲੈ ਵਾਸਤੇ। ਆਹੋ, ਉਹਦਾ ਨਾ ਪਨੇਵਾ ਆਇਆ ਬਾਹਰੋਂ, ਪੈਲੀਆਂ ਵੀ ਚਾਰ ਹੈਗੀਆਂ ਵਾ, ਤੇ ਉੱਦਾਂ ਵੀ ਬਾਹਰ ਵਾ, ਚੰਗੀ ਕੰਟਰੀ 'ਚ ਵਾ, ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਮੁੰਡਾ ਗੁਰਸਿੱਖ ਆ। ਤੂੰ ਕੀ ਆਖਿਆ? ਕਦੀ ਵਿਆਹ ਬਾਰੇ ਸੋਚਿਆ ਹੀ ਨਹੀਂ ਆ। ਲੈ ਤੇਰਾ ਦਿਮਾਗ ਖਰਾਬ ਆ, 18-19 ਸਾਲ ਦਾ ਬੱਚਾ ਵਿਆਹ ਦੀਦਾ ਵਾ, ਦੂਜੀ ਗੱਲ ਆ ਗੁਰਸਿੱਖ ਬੱਚਾ ਵਾ, ਪੈਲੀ ਅੱਜ ਕੱਲ੍ਹ ਕਿਹਦੇ ਕੋਲ ਆ? ਪੈਲੀ ਤਾਂ ਹੈ ਹੀ ਨਹੀਂ ਅੱਜ ਕੱਲ੍ਹ ਦੁਨੀਆ ਦੀ, ਰਹੀ ਨਹੀਂ, ਥੋੜ੍ਹੀ ਥੋੜ੍ਹੀ ਰਹਿ ਗਈ, ਨਾਲੇ ਪੈਲੀਆਂ ਵੀ ਚੁਗੀਆਂ ਹੈਗੀਆਂ 2-4। ਉਹ ਇਹੋ ਜਿਹਾ ਰਿਸ਼ਤਾ ਨਾ ਹੱਥੋਂ ਨਹੀਂ ਜਾਣ ਦੇ ਦਿੰਦਾ, ਇੱਕ ਵਾਰ ਵੇਖ ਲਓ ਨਾ, ਵੇਖਣ 'ਚ ਘਰ ਜਵਾ। ਵੇਖਣ ਨੂੰ ਤਾਂ ਚੱਲ ਕਰੀ, ਬਾਹਰ ਦੀ ਕੋਈ ਗੱਲ ਨਹੀਂ ਆ, ਚਲੋ ਜਾਣ ਦੇ ਬੁੱਝਦੀ ਆ ਉਹ, ਨਾਲੇ ਉਹ ਚੰਗੀ ਆ, ਤਾਂ ਮਤਲਬ ਝੂਠ ਝਾਠ ਮਾਰਨ ਵਾਲੀ ਨਹੀਂ ਆ, ਅਤੇ ਮੈਂ ਤਾਂ ਸਗੋਂ ਕਹਿ ਦਿੱਤਾ ਉਹਨੂੰ, ਮੈਂ ਕਿਹਾ ਵੀ ਕਦੀ ਸੋਚਿਆ ਨਹੀਂ ਅਜੇ ਵਿਆਹ ਬਾਰੇ, ਵੀ ਹਲਕੀ ਉਮਰ ਦੀ ਆ। ਗੋਬਿੰਦਪਾਲ ਮਾਸੀ ਸਗੋਂ ਮੈਨੂੰ ਗੁੱਸੇ ਹੁੰਦੀ, ਕਹਿੰਦੇ ਵੀ ਨਹੀਂ ਵਿਆਹ ਕਰਨਾ ਤਾਂ ਮੰਗਣੀ ਕਰ ਲਓ, 1-1.5 ਸਾਲ ਬਾਅਦ ਕਰ ਦਿਓ। ਉਹ ਗੱਲ ਵਾ, ਮੰਗਣੀ ਕਰਕੇ 1-2 ਸਾਲ ਬਾਅਦ 'ਚ ਕਰ ਦਾਂਗੇ, ਤੁਸੀਂ ਇੱਕ ਵਾਰ ਵੇਖ ਲਓ ਮੁੰਡੇ ਨੂੰ। ਨਾਲੇ ਤੈਨੂੰ ਗੱਲ ਦੱਸਾਂ, ਤੈਨੂੰ ਆਪਣੇ ਘਰ ਦਾ ਪਤਾ ਵਾ, ਸਾਡੇ ਹਾਲਾਤਾਂ ਦਾ, ਅਸੀਂ ਕਿਹੜਾ ਇੰਨਾ ਵੱਜ ਗੱਜ ਕੇ ਵਿਆਹ ਕਰਨਾ ਵਾ। ਜੇ ਰਿਸ਼ਤੇਦਾਰੀ ਵਿੱਚ ਆ, ਖੁਦ ਆਪ ਆਏ ਚੱਲ ਕੇ ਵੀ ਰਿਸ਼ਤਾ ਚਾਹੀਦਾ ਵਾ, ਅਤੇ ਇਹੋ ਜਿਹਾ ਵੇਖ ਲੈਣਾ ਚਾਹੀਦਾ ਵਾ। ਗੱਲ ਤਾਂ ਤੁਹਾਡੀ ਵੀ ਠੀਕ ਆ, ਉਹ ਤਾਂ ਮੈਂ ਮਾਸੀ ਨੂੰ ਕਹਿ ਦਿੱਤਾ ਸੀ, ਉਹ ਜਾਂਦੀ ਉੱਧਰ ਹੋ ਕੇ ਗਈ ਹੋਣੀ ਆ, ਤੇ ਕੋਈ ਗੱਲ ਨਹੀਂ, ਵੇਖ ਲਓ ਜਿੱਦਾਂ ਤੁਹਾਨੂੰ ਸਹੀ ਲੱਗੂਗਾ। ਨਹੀਂ ਵੇਖ ਲਓ, ਬਾਕੀ ਤਾਂ ਸਾਰਾ ਕੁਝ ਠੀਕ ਆ ਜਿੱਦਾਂ ਉਹਨੇ ਦੱਸਿਆ, ਮੁੰਡੇ ਨੂੰ ਝਾਤੀ ਮਾਰ ਲਾਂਗੇ, ਜੇ ਮੁੰਡਾ ਸਹੀ ਲੱਗੂਗਾ ਤਾਂ ਰੋਕ ਲਾਂਗੇ, ਵਿਆਹ 1-1.5 ਸਾਲ ਹਟ ਕੇ ਕਰ ਲਾਂਗੇ। ਇੱਕ ਚੀਜ਼ ਹੋਰ ਵੇਖਿਓ ਵੀ ਏਜ਼ ਦਾ ਜ਼ਿਆਦਾ ਫਰਕ ਨਾ ਹੋਵੇ। ਆਹੋ ਉਹੀ ਤਾਂ ਨਾ। ਚਲੋ ਠੀਕ ਆ, ਮੈਂ ਰੋਟੀ ਪੈਕ ਕਰ ਦਿੰਦਾ। ਮਾਂ ਹੌਲੀ ਹੌਲੀ ਕਦੋਂ ਬੀਤ ਗਿਆ ਪਤਾ ਹੀ ਨਹੀਂ ਚੱਲਿਆ।